ਮਨੁੱਖ ਦੇ ਪ੍ਰਾਣਾਂ ਦੇ 'ਚ ਬੜੀ ਪ੍ਰਬਲ ਪਿਆਸ ਹੈ ਪੂਰਨ ਹੋਣ ਦੀ, ਮੁਕੰਮਲ ਹੋਣ ਦੀ। ਇਹ ਮਨੁੱਖ ਪੂਰਾ ਹੈ ਔਰ ਇਹਨੇ ਪੂਰਨਤਾ ਨੂੰ ਪ੍ਰਾਪਤ ਕਰ ਲਿਆ। ਉਹਦੇ ਲਕਸ਼ਣ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਜੋ ਬਿਆਨ ਕੀਤੇ ਨੇ, ਮੈਂ ਲੜੀਵਾਰ ਕੁਛ ਦਿਨਾਂ ਤੋਂ ਆਪ ਨੂੰ ਸਰਵਨ ਕਰਾ ਰਿਹਾ। ਉਹ ਲਕਸ਼ਣ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ 6 ਦੱਸਦੇ ਨੇ। ਖੱਟ ਲਖਨ ਪੂਰਨ ਪੁਰਖ ਹੈ, ਨਾਨਕ ਨਾਮ ਸਾਧ ਸਵੱਜਨ ਹੈ। 6 ਲਕਸ਼ਣ ਨੇ, 6 ਅਲਾਮਤਾਂ ਨੇ, 6 ਨਿਸ਼ਾਨੀਆਂ ਨੇ, ਇਹ ਜਿਸ ਦੇ 'ਚ ਪ੍ਰਗਟ ਹੋਣ ਸਮਝ ਲਓ ਪੂਰਨ ਹੈ, ਮੁਕੰਮਲ ਹੈ। ਮਨੁੱਖ ਦੀ ਚੇਤਨਾ, ਮਨੁੱਖ ਦੀ ਆਤਮਾ ਹਰ ਵਕਤ ਪੂਰਨਤਾ ਦੀ ਤਲਾਸ਼ 'ਚ ਹੈ। ਕਿਤਨਾ ਚੰਗਾ ਚੌਖਾ ਧਨ ਮਿਲ ਜਾਏ, ਅਧੂਰਾਪਨ ਬਣਿਆ ਰਹਿੰਦਾ। ਕਿਤਨੀ ਵੱਡੀ ਚੌੜੀ ਰਾਜ ਸ਼ਕਤੀ ਮਿਲ ਜਾਏ, ਬੇਚੈਨੀ ਪਰੇਸ਼ਾਨੀ ਚਿੰਤਾ ਬਣੀ ਰਹਿੰਦੀ ਹੈ। ਔਰ ਕਿਤਨਾ ਜੋਵਨ ਜਵਾਨੀ ਸਰੀਰਕ ਸ਼ਕਤੀ ਪ੍ਰਾਪਤ ਹੋ ਜਾਏ, ਮਾਨਸਿਕ ਤਲ 'ਤੇ ਬੇਚੈਨੀ ਦੁੱਖ ਸੰਤਾਪ ਬਣਿਆ ਰਹਿੰਦਾ। ਦੁਖੀ ਹੋਣਾ, ਬੇਚੈਨ ਹੋਣਾ, ਪਰੇਸ਼ਾਨ ਹੋਣਾ, ਚਿੰਤਾਤੁਰ ਹੋਣਾ ਅਧੂਰੇ ਮਨੁੱਖ ਦੇ ਲਕਸ਼ਣ ਨੇ ਅਤੇ ਪੂਰੇ ਦੇ, ਇਹ ਪੂਰਾ ਹੈ। ਉਹਦੇ ਲਕਸ਼ਣ, ਉਹਦੀਆਂ ਅਲਾਮਤਾਂ ਉਹ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ 6 ਦੱਸਦੇ ਨੇ। ਖੱਟ ਲਖਨ ਪੂਰਨ ਪੁਰਖ ਹੈ, ਨਾਨਕ ਨਾਮ ਸਾਧ ਸਵੱਜਣ ਹੈ। ਗਾਲਬਨ 3 ਲਕਸ਼ਣਾਂ ਤੱਕ ਦੀ ਵਿਚਾਰ ਹੋ ਚੁੱਕੀ ਹੈ। ਮੰਤਰ ਰਾਮ ਰਾਮ ਨਾਮੰਗ ਧਿਆਨੰਗ ਸਰਵਤਰ ਪੂਰਨ ਹੈ, ਪਹਿਲਾ ਲਕਸ਼ਣ। ਉਹ ਜੋ ਰਮਿਆ ਹੋਇਆ ਪਰਮਾਤਮਾ ਹੈ, ਉਹਦਾ ਨਾਮ ਉਹਦੀ ਰਸਨਾ 'ਤੇ ਵਸਿਆ ਹੋਵੇਗਾ, ਪਹਿਚਾਣ ਕੇ ਹਰ ਵਕਤ ਉਹਦੀ ਰਸਨਾ 'ਤੇ ਰਸ ਹੋਵੇਗਾ। ਕਦੀ ਵੀ ਉਹਦੀ ਜ਼ਿੰਦਗੀ 'ਚ ਬੇਰਸੀ ਨਹੀਂ ਹੋਵੇਗੀ। ਕਿਉਂ? ਪਰਮਾਤਮਾ ਉਹਦੀ ਰਸਨਾ 'ਤੇ ਵਸਿਆ। ਪ੍ਰਭ ਜੀ ਵਸੇ ਸਾਧ ਕੀ ਰਸਨਾ, ਇਹ ਪਹਿਲਾ ਲਕਸ਼ਣ ਹੈ। ਬਾਣੀ ਜਪੇਗਾ ਮਹਾਰਸ ਨਾਲ ਭਰ ਜਾਏਗਾ, ਵਾਹਿਗੁਰੂ ਆਖੇਗਾ ਮਹਾਰਸ ਨਾਲ ਭਰ ਜਾਏਗਾ। ਇੱਕ ਦਫ਼ਾ ਜਦ ਆਖੇਗਾ ਮਹਾਰਸ ਨਾਲ ਭਰ ਜਾਏਗਾ, ਲੇਕਿਨ ਬਾਅਦ ਵਿੱਚ ਵੀ ਉਹਦੀ ਰਸਨਾ ਬੇਰਸ ਨਹੀਂ ਹੋਵੇਗੀ। ਜਿਵੇਂ ਕੋਈ ਮਿੱਠੀ ਚੀਜ਼ ਖਾਧੀ ਹੈ ਅਤੇ 5-7 ਮਿੰਟ ਤੱਕ ਮੂੰਹ ਦੇ 'ਚ ਮਿਠਾਸ ਬਣੀ ਰਹਿੰਦੀ ਹੈ, ਇੱਕ ਦਫ਼ਾ ਦਾ ਵਾਹਿਗੁਰੂ ਆਖਿਆ ਹੋਇਆ ਉਸ ਮਨੁੱਖ ਦਾ 24 ਘੰਟੇ ਰਸ ਬਣਿਆ ਰਹੇਗਾ। ਇਤਨੇ 'ਚੋਂ ਫਿਰ ਕਹਿ ਦੇਗਾ, ਹਰ ਵਕਤ ਉਹਦੀ ਰਸਨਾ 'ਤੇ ਰਸ ਹੋਵੇਗਾ, ਉਹ ਰਸ ਤੋਂ ਬਿਨਾਂ ਨਹੀਂ ਹੋਵੇਗਾ। ਇਹ ਪਹਿਲਾ ਲਕਸ਼ਣ ਹੈ। ਮੰਤਰ ਰਾਮ ਰਾਮ ਨਾਮੰਗ ਧਿਆਨੰਗ ਸਰਵਤਰ ਪੂਰਨ। ਦੂਸਰਾ, ਗਿਆਨੰਗ ਸਮ ਦੁੱਖ ਸੁਖੰਗ ਜੁਗਤ ਨਿਰਮਲ ਨਿਰਵੈਰਣ ਹੈ। ਉਹਨੇ ਦੁੱਖ ਸੁੱਖ ਨੂੰ ਸਮ ਕਰਕੇ ਜਾਣਿਆ, ਬਰਾਬਰ ਕਰਕੇ ਜਾਣਿਆ। ਉਹਨੂੰ ਬੋਧ ਹੈ ਸੰਸਾਰ ਦੋ ਰੰਗੀ ਹੈ, ਦਿਨ ਹੈ ਰਾਤ ਹੈ, ਜਨਮ ਹੈ ਮਰਨ ਹੈ, ਜਵਾਨੀ ਹੈ ਬੁਢੇਪਾ ਹੈ, ਨਫ਼ਾ ਹੈ ਨੁਕਸਾਨ ਹੈ, ਇੱਜ਼ਤ ਹੈ ਬੇਇੱਜ਼ਤੀ ਹੈ। ਉਹਨੂੰ ਪਤਾ ਚੱਲ ਜਾਏਗਾ ਦੋ ਰੰਗੀ ਪ੍ਰਭੂ ਨੇ ਜਗਤ ਬਣਾਇਆ, ਇੱਕ ਰੰਗ ਨਹੀਂ ਹੈ। ਉਹਨੂੰ ਦੋਵੇਂ ਰੰਗ ਕਬੂਲ ਨੇ, ਉਹਨੂੰ ਜਨਮ ਵੀ ਕਬੂਲ, ਮਰਨ ਵੀ ਕਬੂਲ, ਜਵਾਨੀ ਵੀ ਕਬੂਲ, ਬੁਢੇਪਾ ਵੀ ਕਬੂਲ, ਉਹਨੂੰ ਇੱਜ਼ਤ ਵੀ ਕਬੂਲ, ਉਹਨੂੰ ਬੇਇੱਜ਼ਤੀ ਵੀ ਕਬੂਲ, ਉਹਨੂੰ ਨਫ਼ਾ ਵੀ ਕਬੂਲ, ਉਹਨੂੰ ਨੁਕਸਾਨ ਵੀ ਕਬੂਲ। ਕਿਉਂ? ਸੰਸਾਰ ਹੈ ਹੀ ਦੋ ਰੰਗੀ, ਦਿਨ ਹੈ ਰਾਤ ਹੈ, ਜਨਮ ਹੈ ਮਰਨ, ਇੱਕ ਰੰਗੀ ਸੰਸਾਰ ਨਹੀਂ ਹੈ, ਇੱਕ ਰੰਗੀ ਕੇਵਲ ਪਰਮਾਤਮਾ ਹੈ।
ਪਰਮਾਤਮਾ ਵਿੱਚ ਆਨੰਦ ਹੀ ਆਨੰਦ ਹੈ, ਦੁੱਖ ਨਹੀਂ ਹੈ। ਸੰਸਾਰ ਵਿੱਚ ਸੁੱਖ ਹੈ ਪਰ ਹਰ ਸੁੱਖ ਦੁੱਖ ਵਿੱਚ ਬਦਲਦਾ ਹੈ। ਸੰਸਾਰ ਵਿੱਚ ਕੇਵਲ ਸੁੱਖ ਨਹੀਂ ਹੈ, ਐਸਾ ਕੋਈ ਸੁੱਖ ਨਹੀਂ ਜਿਹਦੇ ਪਿੱਛੇ ਦੁੱਖ ਨਾ ਖੜਾ ਹੋਵੇ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਇੱਕ ਬੜਾ ਕੀਮਤੀ ਬੋਲ, ਆਪ ਕਹਿੰਦੇ ਨੇ ਜੀਵਦਾ ਮਨੁੱਖ ਸੰਸਾਰ ਦੇ 'ਚ ਹੈ, ਬਿਰਤੀ ਉਹਦੀ ਸੰਸਾਰ ਦੇ 'ਚ ਹੈ, ਨਿਰੰਕਾਰ ਦਾ ਕਦੀ ਚਿੰਤਨ ਨਹੀਂ ਕੀਤਾ, ਲੇਕਿਨ ਮੰਗ ਕਰਦਾ ਐਸਾ ਸੁੱਖ ਮਿਲੇ ਜੋ ਕਦੀ ਦੁੱਖ ਦੇ 'ਚ ਨਾ ਬਦਲੇ। ਤੋ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਬੋਲ ਆਪ ਸਰਵਨ ਕਰੋ। ਸਤਿਗੁਰੂ ਕਹਿੰਦੇ ਨੇ ਨਾਨਕ ਬੋਲਣ ਚੱਖਣਾ, ਇਹ ਬੋਲਣਾ ਇਹ ਮੰਗਣਾ ਚੱਖ ਮਾਰਨਾ ਹੈ। ਕਿਹੜਾ? ਨਾਨਕ ਬੋਲਣ ਚੱਖਣਾ, ਦੁੱਖ ਛੱਡ ਮੰਗੇ ਸੁੱਖ। ਕਹਿੰਦਾ ਪ੍ਰਭੂ ਸੁੱਖ ਹੀ ਸੁੱਖ ਦੇਈਂ, ਦੁੱਖ ਨਾ ਦੇਈਂ। ਮਹਾਰਾਜ ਕਹਿੰਦੇ ਚੱਖ ਮਾਰਦਾ ਹੈ, ਨਿਰਾ ਸੁੱਖ ਹੈ ਹੀ ਨਹੀਂ ਜਗਤ ਵਿੱਚ, ਨਿਰਾ ਜਨਮ ਹੈ ਹੀ ਨਹੀਂ, ਜਨਮ ਮਰਨ ਦੇ 'ਚ ਬਦਲਦਾ ਹੈ, ਜਵਾਨੀ ਬੁਢੇਪੇ 'ਚ ਬਦਲਦੀ ਹੈ। ਸਿਰਫ ਸੁੱਖ ਨਹੀਂ ਨੇ, ਸੁੱਖ ਦੁੱਖ ਦੇ 'ਚ ਬਦਲਦੇ ਨੇ। ਸੁੱਖ ਪਰਿਵਾਰ ਤੋਂ ਵੀ ਮਿਲ ਜਾਂਦਾ, ਦੁੱਖ ਮਿਲੇਗਾ ਫਿਰ। ਸੁੱਖ ਧਨ ਸੰਪਦਾ ਤੋਂ ਵੀ ਮਿਲ ਜਾਂਦਾ, ਨਾਲ ਦੁੱਖ ਵੀ ਮਿਲੇਗਾ। ਸੁੱਖ ਪ੍ਰਭਤਾ ਤੋਂ ਵੀ ਮਿਲ ਜਾਂਦਾ, ਨਾਲ ਦੁੱਖ ਵੀ ਮਿਲੇਗਾ। ਕੋਈ ਮਨੁੱਖ ਕਿਤਨਾ ਦੁਖੀ ਹੈ ਫਿਰ ਅੰਦਾਜ਼ਾ ਲਾਉਣਾ ਪਏਗਾ ਕਿੰਨਾ ਕੁ ਸੁਖੀ ਹੈ। ਜਿਤਨਾ ਸੁੱਖ ਵਧੇਗਾ ਉਤਨਾ ਹੀ ਦੁੱਖ ਵਧੇਗਾ। ਇਹ ਰੱਬੀ ਨਿਯਮ ਹੈ, ਸੰਸਾਰ ਦਾ ਨਿਯਮ ਹੈ। ਤੁਸੀਂ ਕਿਸ ਤਰ੍ਹਾਂ ਅੰਦਾਜ਼ਾ ਲਗਾਓਗੇ ਬੰਦਾ ਕਿੰਨਾ ਕੁ ਦੁਖੀ ਹੈ? ਚਲੋ ਉਹਦੇ ਦੁੱਖ ਦਾ ਅੰਦਾਜ਼ਾ ਨਾ ਲੱਗੇ, ਵੇਖ ਲੈਣਾ ਕਿੰਨਾ ਕੁ ਸੁਖੀ ਹੈ। ਜਿੰਨਾ ਸੁਖੀ ਹੈ ਉਨਾ ਹੀ ਦੁਖੀ ਹੈ, ਇਹ ਰੱਬੀ ਨਿਯਮ ਹੈ। ਨਾਨਕ ਬੋਲਣ ਚੱਖਣਾ, ਇਹ ਬੋਲਣਾ ਚੱਖ ਮਾਰਨਾ ਹੈ। ਕਿੰਨੀ ਦੁਨੀਆ ਚੱਖ ਮਾਰਦੀ ਹੈ ਮੰਦਰ ਮਸਜਿਦ ਗੁਰਦੁਆਰਿਆਂ 'ਚ, ਕਾਮਨਾ ਸਿਰਫ ਸੁੱਖ ਦੇਈਂ, ਸਿਰਫ ਸੁੱਖ ਦੇਈਂ। ਗੁਰੂ ਨਾਨਕ ਕਹਿੰਦੇ ਨੇ ਚੱਖ ਮਾਰਦਾ, ਸਿਰਫ ਸੁੱਖ ਹੈ ਹੀ ਨਹੀਂ।